2 ਘੰਟੇ ਦਾ ਸਮਾਂ ਲੱਗਿਆ ਗੱਲਬਾਤ ਦਾ। 35-40 ਮੰਗਾਂ ਸੀਗੀਆਂ, ਉਹ ਮੰਗਾਂ 'ਤੇ ਸਾਰੀਆਂ 'ਤੇ ਗੱਲ ਹੋਈ ਹੈ ਡਿਟੇਲ 'ਚ। ਸਾਡੀ ਦੂਜੀ ਟੀਮ ਇੱਕ ਉਹ ਮੰਗਾਂ ਦਾ ਚਾਰਟ ਛਪਾ ਕੇ ਲਿਆ ਰਹੀ, ਜਿਹੜੀਆਂ ਮੰਗਾਂ 'ਤੇ ਉਹਨਾਂ ਨੇ ਹਾਂ ਹੂੰ ਕਹੀ ਹੈ, ਉਹ ਸਾਨੂੰ ਦੇਖ ਕੇ ਜਾਣਗੇ। ਅੰਦਰੋਂ ਟੀਮ ਆਉਣ ਵਾਲੀ ਹੈ ਸਾਡੀ, ਉਹ ਰੋਟੀ ਖਾ ਕੇ ਜਵਾਨੀ ਜੀ ਤਾਂ ਗੱਲਬਾਤ ਯਾਦ ਹੋ ਗਈ ਨਾ, ਕਿਤੇ ਜਵਾਨੀ ਬਥੇਰਾ ਕੁਛ ਯਾਦ ਹੈ, ਜਵਾਨੀ ਵਾਲੀਆਂ ਗੱਲਾਂ ਤੁਹਾਨੂੰ ਦੱਸ ਦਿੰਦੇ ਹਾਂ। ਪਹਿਲੀ ਤਾਂ ਗੱਲ ਉਹਨਾਂ ਨੇ ਇਹ ਮੰਨੀ ਹੈ ਵੀ ਜਿਹੜੇ ਦਿੱਲੀ ਮੋਰਚੇ ਦੇ ਕਿਸਾਨ ਸ਼ਹੀਦ ਹੋਏ ਸੀ, ਲਗਭਗ 270 ਕਿਸਾਨ ਉਹ ਨੇ ਜਿਹਨਾਂ ਨੂੰ ਕੋਈ ਨੌਕਰੀ ਨਹੀਂ ਮਿਲੀ, 135 ਕਿਸਾਨ ਉਹ ਨੇ ਜਿਹਨਾਂ ਨੂੰ 5,00,000 ਮੁਆਵਜ਼ਾ ਵੀ ਨਹੀਂ ਮਿਲਿਆ, ਉਹਨਾਂ ਨੂੰ ਮੁਆਵਜ਼ਾ ਵੀ ਦਿੱਤਾ ਜਾਊਗਾ ਅਤੇ ਉਹਨਾਂ ਨੂੰ ਨੌਕਰੀ ਵਾਲੇ ਜਿਹੜੇ 270 ਬਾਕੀ ਨੇ ਉਹਨਾਂ ਨੂੰ ਨੌਕਰੀ ਵੀ ਦਿੱਤੀ ਜਾਊਗੀ। ਉਹਨਾਂ ਨੇ ਗੱਲ ਹਾਂ ਇਹ ਕਹਿ ਦਿੱਤੀ ਹੈ, ਪਹਿਲੀ ਗੱਲ 31 ਮਾਰਚ ਤੱਕ, ਅਤੇ ਦੂਜੀ ਹੁਣ ਇਹ ਸ਼ਹੀਦਾਂ ਨੇ ਮੁਆਵਜ਼ੇ ਦੀ ਗੱਲ ਕੀਤੀ ਹੈ, ਉਹਨਾਂ ਨੇ 31 ਮਾਰਚ ਤੱਕ ਇਹ ਮੁਕੰਮਲ ਹੋ ਜੂਗੀ। ਅਤੇ ਸ਼ਹੀਦਾਂ ਦੀ ਯਾਦਗਾਰ ਵਾਸਤੇ ਕੋਈ ਜ਼ਮੀਨ ਜ਼ਮੂਨ ਦੀ ਗੱਲ ਸੀਗੀ, ਉਹ ਕਹਿੰਦੇ ਕਿਸੇ ਹਾਈਵੇ 'ਤੇ ਦੇਖਾਂਗੇ, ਕੋਈ ਜੇ ਹਾਈਵੇ ਤੁਸੀਂ ਬਣਨ ਦਿਓਗੇ ਭਾਰਤ ਮਾਲਾ ਪ੍ਰੋਜੈਕਟ ਦੀ ਕੋਈ ਵੱਡੀ ਸੜਕ ਦੇਖਾਂਗੇ, ਉੱਥੇ ਜ਼ਮੀਨ ਦੇਖਾਂਗੇ ਅਤੇ ਫਿਰ ਯਾਦਗਾਰ ਬਣਾਵਾਂਗੇ, ਫਿਰ ਕਿਤੇ ਗੱਲਬਾਤ ਗਾਂਹ ਤੁਰੂਗੀ, ਉਹ ਉੱਧਰ ਨੂੰ ਚੱਲੀ ਹੈ ਗੱਲ। ਅਤੇ ਦੂਜੀ ਕੋਪਰੇਟ ਬੈਂਕਾਂ ਦੇ ਵਿੱਚ ਵਨ ਟਾਈਮ ਸੈਟਲਮੈਂਟ ਦੀ ਗੱਲ ਕਰਜ਼ੇ ਦੀ ਕੀਤੀ ਸੀ ਵੀ ਵਨ ਟਾਈਮ ਸੈਟਲਮੈਂਟ ਹੋਣਾ ਚਾਹੀਦਾ, ਕਿਉਂਕਿ ਜਿਹੜੀਆਂ ਲੈਂਡਮਾਰਕ ਜਾਂ ਬੈਂਕ ਹੈ ਨਬਾਰਡ ਬੈਂਕ, ਉਹ ਨਬਾਰਡ ਬੈਂਕ ਵਨ ਟਾਈਮ ਸੈਟਲਮੈਂਟ ਨਹੀਂ ਕਰ ਰਿਹਾ, ਬਾਕੀ ਜਿਹੜੀਆਂ ਕਮਰਸ਼ੀਅਲ ਬੈਂਕਾਂ ਨੇ ਉਹ ਵਨ ਟਾਈਮ ਸੈਟਲਮੈਂਟ ਕਰਕੇ ਕਿਸਾਨਾਂ ਦੇ ਕਰਜ਼ੇ ਦਾ ਨਿਬੇੜਾ ਕਰ ਰਹੀਆਂ ਨੇ। ਇਸ ਕਰਕੇ ਨਬਾਰਡ ਬੈਂਕ ਨੂੰ ਹਦਾਇਤ ਕੀਤੀ ਜਾਵੇ ਵਨ ਟਾਈਮ ਸੈਟਲਮੈਂਟ ਕਰਕੇ ਉਹ ਕਰਜ਼ੇ ਦੇ ਨਿਬੇੜੇ ਕਰੇ। ਇਹ ਤਾਂ ਉਹਨਾਂ ਨੇ ਕਿਹਾ ਵੀ ਅਸੀਂ ਇਹਦੇ 'ਚ ਟੋਕਰੀ ਦਿਖਾਂਗੇ। ਅਗਲੀ ਗੱਲ ਜਿਹੜੀ ਸੀਗੀ ਜ਼ਮੀਨਾਂ ਦੀ ਤਕਸੀਮ ਦੇ ਬੜੇ ਰੌਲੇ ਪੈਂਦੇ ਆ, ਉਹਨਾਂ ਦੇ ਮਤਲਬ ਮੁੱਖ ਮੰਤਰੀ ਨੇ ਇਹ ਗੱਲ ਰੱਖੀ ਆ ਵੀ ਜਿਹੜੀ ਜ਼ਮੀਨਾਂ ਦੀ ਤਕਸੀਮ ਆ ਉਹ ਅਸੀਂ ਉਹਨਾਂ ਨੂੰ ਚਿੱਠੀ ਲਿਖਾਂਗੇ, DC ਨੂੰ ਚਿੱਠੀ ਲਿਖਾਂਗੇ, ਅਤੇ ਪਿੰਡਾਂ ਦੇ ਵਿੱਚ ਜਿਹੜਾ ਮਹਿਕਮਾ ਉਹ ਜਾ ਕੇ ਪਿੰਡਾਂ ਦੇ ਵਿੱਚ ਹੋ ਕੇ ਮਾਰੂਗਾ ਵੀ ਅੱਜ ਭਾਈ ਫਲਾਣਾ ਪਿੰਡ ਦੇ ਵਿੱਚ ਅਸੀਂ ਜ਼ਮੀਨਾਂ ਦੇ ਤਕਸੀਮ ਭਰਾਵਾਂ ਦੀ ਵੰਡ ਜਿੱਥੇ ਸਹਿਮਤੀ ਆ। ਜਿਹੜੇ ਕੋਰਟਾਂ ਦੇ ਕੇਸ ਚੱਲਦੇ ਉਹ ਵੱਖਰੀ ਗੱਲ ਹੈ, ਜਿਨ੍ਹਾਂ ਦੇ ਸਹਿਮਤੀ ਹੈ ਉਹਨਾਂ ਦੇ ਸਹਿਮਤੀ ਕਰਕੇ ਉਹ ਬੰਦੇ ਇੱਕ ਦੂਜੇ 'ਤੇ ਉਹ ਦਸਖਤ ਕਰਕੇ ਅੰਗੂਠੇ ਲਾ ਦੇਣਗੇ, ਉਹਨਾਂ ਦੀ ਤਕਸੀਮਾਂ ਹੋ ਜਾਣਗੀਆਂ। ਇਹ ਕੰਮ ਅਸੀਂ ਫੌਰੀ ਨਿਬੇੜਾਂਗੇ, ਸਰਕਾਰ ਨੇ ਆਪਣੀ ਜ਼ਿੰਮੇਵਾਰੀ ਦੇ ਤਹਿਤ ਇਹ ਗੱਲ ਕੀਤੀ ਹੈ। ਅਤੇ ਇੱਕ ਜੰਗਲੀ ਜ਼ਮੀਨਾਂ ਦੇ ਵਿੱਚ ਜਿਹੜਾ ਇੱਕ ਅਵਾਰਾ ਪਸ਼ੂਆਂ ਵਾਲੀ ਆਈ ਸੀ ਅਤੇ ਨਾਲ ਜੰਗਲੀ ਜ਼ਮੀਨਾਂ ਦੇ ਵਿੱਚ ਸੂਰ ਵਗੈਰਾ ਜਿਹੜੇ ਨੁਕਸਾਨ ਕਰਦੇ ਨੇ, ਉਹ ਗੱਲ ਆਈ ਅਵਾਰਾ ਪਸ਼ੂਆਂ ਦੀ। ਉਹਨਾਂ ਨੇ ਕਹੀ ਆ ਵੀ ਬੀੜਾਂ ਦੇ ਵਿੱਚ ਜਿਹੜੇ ਵੱਡੇ ਵੱਡੇ ਬੀੜ ਆ, ਜਿਵੇਂ ਪਟਿਆਲੇ ਵਾਲਾ ਬੀੜ ਹੈ ਅਤੇ ਸੰਗਰੂਰ ਦੇ ਵਿੱਚ ਇੱਕ ਹੈਗਾ ਸੋਹੀਆਂ ਵਾਲਾ ਬੀੜ ਹੈ, ਜਿਹਨੇ ਬੜਬਰ ਵਾਲਾ ਬੀੜ ਹੈ, ਉਹਨਾਂ ਬੀੜਾਂ ਦੇ ਵਿੱਚ ਉਹਨਾਂ ਦੀ ਚਰਗਾਹ ਬਣਾ ਕੇ ਉਹਨਾਂ ਦੇ ਸਾਂਭ ਸੰਭਾਲ ਦਾ ਪ੍ਰਬੰਧ ਕਰਕੇ ਪਸ਼ੂਆਂ ਨੂੰ ਉੱਥੇ ਡੱਕਣ ਦੀ ਉਹਦੇ ਪ੍ਰਬੰਧ ਕਰਨ ਦੀ ਕੀਤੀ ਹੈ। ਅਤੇ ਜਿਹੜੇ ਸੂਰ ਨੇ, ਸੂਰ ਯਾਨੀ ਉੱਥੇ ਨੁਕਸਾਨ ਕਰਦੇ ਨੇ, ਇਹ ਬਾਰਡਰ ਏਰੀਏ ਦੇ ਵਿੱਚ ਸੂਰ ਨੁਕਸਾਨ ਕਰਦੇ ਨੇ ਫਸਲਾਂ ਦਾ, ਉਹਨਾਂ 'ਤੇ ਇਹਨਾਂ ਦੇ ਵਾਸਤੇ ਕਿਹਾ ਸੀ ਸਰਕਾਰ ਵੀ ਇਹ ਸਰਕਾਰ ਕਿਸਾਨ ਹੀ ਉਹਦਾ ਸ਼ਿਕਾਰ ਕਰ ਸਕਦੇ ਨੇ, ਸ਼ਿਕਾਰ ਕਰਨਾ ਉਹਦੇ 315 ਬੋਰ ਦੇ ਲਾਇਸੈਂਸ ਦਿੱਤੇ ਸੀ, ਉਹ ਕਹਿੰਦੇ ਵੀ 15 ਬੋਰ ਦੀ ਲਾਇਸੈਂਸ ਦੀ ਜ਼ਮੀਨ ਜਿਹੜੀ ਬੰਦੂਕ ਹੈ ਉਹ ਕਾਰ ਕਰਨੀ, 12 ਬੋਰ ਦੇ ਲਾਇਸੈਂਸ ਹੋਣੇ ਚਾਹੀਦੇ ਨੇ, ਉਹ ਕਿਹਾ ਉਹਨਾਂ ਨੇ ਮਿਲਣਗੇ। ਅਤੇ ਤੁਸੀਂ ਕਿਸਾਨ ਸ਼ਿਕਾਰ ਕਰ ਸਕਦਾ ਆਪਦੇ ਖੇਤ ਦੇ ਵਿੱਚ ਵੀ ਸ਼ਿਕਾਰ ਕਰ ਸਕਦਾ, ਦੂਜੇ ਖੇਤ 'ਤੇ ਵੀ ਉਹਨੂੰ ਪਾਬੰਦੀ ਹੈ, ਇਹ ਨਹੀਂ ਰੋਕੀ ਜਾਊਗੀ, ਇਹ ਇਹਨਾਂ ਦਾ ਹੋ ਗਿਆ। ਅਤੇ ਅਗਲੀ ਉਹਨਾਂ ਨੇ ਕੀਤੀ ਹੈ ਵੀ ਜਿਹੜੀ ਆਹ ਖੇਤਾਂ ਦਾ ਪਾਣੀ ਹੈ, ਨਹਿਰੀ ਪਾਣੀ ਦੀ ਸਮੱਸਿਆ 'ਤੇ ਗੱਲ ਕੀਤੀ ਹੈ। ਉਹਨਾਂ ਨੇ ਗੱਲ ਕਹੀ ਹੈ ਮੁੱਖ ਮੰਤਰੀ ਸਾਹਿਬ ਨੇ ਵੀ ਹਰੀਕ ਹੈੱਡ ਤੋਂ 2 ਨਹਿਰਾਂ ਜਾ ਰਹੀਆਂ ਨੇ ਰਾਜਸਥਾਨ ਨੂੰ ਅਤੇ ਪੰਜਾਬ ਨੂੰ, ਉਹਦੇ 'ਚੋਂ ਇੱਕ ਨਹਿਰ ਅਸੀਂ ਹੋਰ ਕੱਢਾਂਗੇ ਜਿਹੜੀ ਪੰਜਾਬ ਦੇ ਵਿੱਚ ਨੂੰ ਪਾਣੀ ਦੇਊਗੀ। ਉਹ ਕੱਢਦੇ ਨੇ ਕਿ ਨਹੀਂ ਕੱਢਦੇ ਤਾਂ ਦੇਖੋ ਅੱਗੇ ਦੱਸਣਗੇ ਉਹਨਾਂ ਨੇ ਇਹ ਗੱਲ। ਬਾਪੂ ਜੀ ਕੋਈ ਰੂਟ ਰਾਟ ਦੱਸਿਆ ਮਾੜਾ ਮੋਟਾ? ਰੂਟ ਰਾਟ ਦਾ ਕੁਝ ਨਹੀਂ ਅਜੇ ਦੱਸਿਆ, ਅਜੇ ਤਾਂ ਕਾਗਜ਼ ਦੇ ਵਿੱਚ ਗੱਲ ਕੀਤੀ ਹੈ, ਬਣੂਗੀ ਕਿ ਨਹੀਂ ਬਣੂਗੀ ਇਹ ਤਾਂ ਦੇਖੋ ਗਾਂਹ ਦੱਸੋ, ਨਾ ਸਾਨੂੰ ਰੂਟ ਦਾ ਪਤਾ ਉਹ ਕਿੱਧਰ ਦੀ ਹੋ ਸਾਨੂੰ ਨਹੀਂ ਪਤਾ, ਇਹ ਤੁਸੀਂ ਮੁੱਖ ਮੰਤਰੀ ਸਾਹਿਬ ਨੂੰ ਪੁੱਛ ਲਓ। ਉਹਨਾਂ ਨੇ ਸਾਨੂੰ ਇਹ ਵਿਸ਼ਵਾਸ ਦਵਾਇਆ ਵੀ ਅਸੀਂ ਨਹਿਰ ਇੱਕ ਹੋਰ ਕੱਢਾਂਗੇ। ਅਤੇ ਪੰਜਾਬ ਸਰਕਾਰ ਵਿੱਤੀ ਸੰਸਥਾ ਦੇ ਕੋਪਰੇਟਿਵ ਬੈਂਕਾਂ ਸੋਸਾਇਟੀਆਂ ਦੇ ਕਰਜ਼ੇ ਦੇ ਲਿਮਟਾਂ ਦੀ ਹੱਦ ਹੋਰ ਵਧਾਈ ਜਾਵੇ। ਉਹਨਾਂ ਨੇ ਕਿਹਾ ਵੀ ਇਹ ਵਧਾਵਾਂਗੇ,
ਸੁਸਾਇਟੀਆਂ ਦੇ ਵਿੱਚ ਵੀ ਜਿਹੜੇ ਹੋਰ ਕਰਜ਼ੇ ਸੀ, ਮਤਲਬ ਇੱਕ ਟਰੈਕਟਰਾਂ ਦੀ ਰਜਿਸਟ੍ਰੇਸ਼ਨ ਹੈ ਜਿਹੜੀ ਵੀ ਇਹ ਖਤਮ ਹੋ ਜਾਂਦੀ ਹੈ 10-15 ਸਾਲ ਤੋਂ ਬਾਅਦ, ਇਹ ਸੰਦ ਪੁਰਾਣੇ ਹੋ ਜਾਂਦੇ ਨੇ, ਇਸ ਕਰਕੇ ਰਜਿਸਟਰ ਦੀ ਗੱਲ ਵਧਾਈ ਜਾਵੇ। ਇਹ ਉਹਨਾਂ ਨੇ ਹਾਂ ਹੁਣ ਜੀ ਕਹੀ ਆ ਵੀ ਚਿੱਠੀ ਲਿਖਾਂਗੇ ਤੇ ਕੀ ਕਰਦੇ ਨੇ, ਇਹਦਾ ਮੈਨੂੰ ਬਹੁਤਾ ਨਹੀਂ ਪਤਾ। ਉਹਨਾਂ ਨੇ 5 ਸਾਲ ਬਾਅਦ ਹੋ ਜਾਂਦਾ। ਤੇ ਅੰਮ੍ਰਿਤਸਰ ਦੀ ਇੱਕ 10 ਸਬਜ਼ ਮੰਡੀ ਦੀ ਗੱਲ ਆਈ ਹੈ, ਉਹ ਅੰਮ੍ਰਿਤਸਰ ਦੀ ਸਬਜ਼ ਮੰਡੀ ਹੈ ਜਿਹੜੀ ਕਹਿੰਦੇ ਵੀ ਉੱਥੇ ਨਾ ਫੌਜੀ ਜਿਹੜਾ ਜੁੰਟ ਹੈ ਉਹਨੂੰ ਵਧਾਰਾ ਨਹੀਂ ਹੋਣ ਦੇ ਰਹੀ, ਇਸ ਕਰਕੇ ਉਹ ਫੌਜੀ ਮੰਡੀ ਸ਼ਿਫਟ ਕੀਤੀ ਜਾਵੇ। ਇਹ ਕੁਲਦੀਪ ਧਾਲੀਵਾਲ ਦਾ ਏਰੀਆ, ਉਹ ਉਹਨਾਂ ਨੇ ਇਹ ਗੱਲ ਕਹੀ ਆ ਵੀ ਅਸੀਂ ਜ਼ਮੀਨ ਲੱਭ ਰਹੇ ਹਾਂ ਸਬਜ਼ ਮੰਡੀ ਵਾਸਤੇ, ਉਹ ਜਦੋਂ ਜ਼ਮੀਨ ਜੋ ਮਿਲ ਗਈ ਅਸੀਂ ਸਬਜ਼ ਮੰਡੀ ਨੂੰ ਬਾਹਰ ਕਰ ਦਿਆਂਗੇ, ਸਬਜ਼ ਮੰਡੀ ਬਾਹਰ ਹੋ ਜੂ। ਜੇ ਐਂ ਕਰਾਉਣ ਦੇ ਬਹੁਤ ਜਿਹੜੀ ਲੰਮੀਆਂ ਗੱਲਾਂ ਨੇ ਇਹ ਸਾਰੀਆਂ। ਦੇਖੋ ਸਾਡੀ ਜਿਹੜੀ ਸੰਤੁਸ਼ਟੀ ਹੁੰਦੀ ਆ, ਤੁਹਾਨੂੰ ਇਹ ਸਾਫ਼ ਸ਼ਬਦਾਂ 'ਚ ਕਹਾਂ, ਸਾਡੀ ਸੰਤੁਸ਼ਟੀ ਤਾਂ ਉਦੋਂ ਹੁੰਦੀ ਆ ਜਦੋਂ ਸਾਡੇ ਹੱਥ 'ਚ ਕੁਛ ਆ ਜਾਂਦਾ। ਅਜੇ ਤਾਂ ਆਹ ਕਾਗਜ਼ ਸਾਡੇ ਹੱਥ 'ਚ, ਤੁਸੀਂ ਲੈਣਾ ਤੁਸੀਂ ਲੈ ਲਓ, ਜਿਹਦੇ ਨਾਲ ਤੁਹਾਡੀ ਤਸੱਲੀ ਹੁੰਦੀ। ਦੇਖੋ ਅਸੀਂ 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 ਸਾਫ਼ ਤੇ ਬਹੁਤ ਸਪਸ਼ਟ ਹਾਂ, ਨਗਦ ਹੱਥ 'ਚ ਨਹੀਂ ਜਿੰਨਾ ਚਿਰ ਮਿਲਦੀ। ਦੇਖੋ ਸਾਥੀਓ, ਦੋ ਗੱਲਾਂ ਨੇ, ਮੇਰੀ ਗੱਲ ਧਿਆਨ ਨਾਲ ਸੁਣ ਲਓ। ਇੱਕ ਮੰਗ ਮਨਵਾਉਣਾ, ਇੱਕ ਮੰਗ ਹਾਸਲ ਕਰਨਾ, ਇਹ ਦੋਨੇ ਗੱਲਾਂ ਵੱਖੋ ਵੱਖਰੀਆਂ। ਮੰਗ ਮੰਨੀ ਗਈ, ਮੰਗ ਪ੍ਰਵਾਨ ਕਰ ਲਈ, ਹਾਸਲ ਕਰਨ ਵਾਸਤੇ ਤਾਂ ਜ਼ੋਰ ਲਾਉਣਾ ਪੈਣਾ, ਸੰਘਰਸ਼ ਕਰਨਾ ਪਊਗਾ, ਲੜਨਾ ਪਊਗਾ। ਮੰਗਾਂ ਮੰਨੀਆਂ ਨੇ, ਹਾਸਲ ਕਰਨ ਵਾਸਤੇ ਆਰਡ ਲੈਣਾ ਪਊ। ਇਹ ਲੱਕੜ ਦੇ ਮੁੰਡੇ ਆ, ਇਹਦੇ ਤੇ ਬਹੁਤਾ ਨਹੀਂ ਵਿਸ਼ਵਾਸ ਕਰਨਾ ਚਾਹੀਦਾ। ਇਹ ਰੋਂਦੇ ਘੱਟ ਨੇ, ਇਹਨਾਂ ਗੱਲ ਲੱਕੜ ਵਾਲੇ ਰੋਂਦੇ ਘੱਟ ਆ, ਇਹ ਰੋਂਦੇ ਘੱਟ ਆ ਬਸ ਜੀ, ਕੰਮ ਕਰਦੇ। ਅਸੀਂ ਤੁਹਾਨੂੰ ਵਿਸ਼ਵਾਸ ਦਵਾਉਂਦੇ ਹਾਂ ਵੀ ਸਰਕਾਰ ਦੇ ਨਾਲ ਇਹ ਲੜਾਈ ਤੁਹਾਡੇ ਸਹਿਯੋਗ ਨਾਲ, ਕੇਂਦਰ ਨਾਲ ਹੋਵੇ ਭਾਵੇਂ ਇਸ ਨਾਲ ਹੋਵੇ, ਇਹ ਜਾਰੀ ਰਹੂਗੀ। ਕਿਉਂਕਿ ਕਾਰਪੋਰੇਟ ਘਰਾਣੇ ਹਮਲੇ 'ਤੇ ਆਏ ਹੋਏ ਨੇ, ਉਹਨੇ ਤੁਹਾਡੇ ਬੱਚਿਆਂ ਨੂੰ, ਇਹਦੇ ਵਿੱਚ ਵੱਡਾ ਇੱਕ ਇਸ਼ੂ ਹੈ ਨਸ਼ਿਆਂ ਵਾਲਾ ਇਸ਼ੂ, ਜਿਹਦੇ ਸਰਕਾਰ ਨੂੰ ਅਸੀਂ ਕਿਹਾ ਵੀ ਇਹਦੇ 'ਤੇ ਤੁਸੀਂ ਵੀ ਜਿੰਨੇ ਬੈਠੇ ਹੋ, ਇਹ ਤਾਂ ਤੁਸੀਂ ਵੀ ਪ੍ਰਭਾਵਿਤ ਹੋ, ਅਸੀਂ ਵੀ ਪ੍ਰਭਾਵਿਤ ਹਾਂ। ਇਹ ਨਸ਼ਿਆਂ 'ਤੇ ਕੋਈ ਪੈਸਾ ਨਹੀਂ ਲੱਗਦਾ, ਇਹਨੂੰ ਇਹਦੀਆਂ ਵੱਡੀ ਮਗਰਮੱਛਾਂ ਨੂੰ ਫੜੋ, ਉਹਨਾਂ ਨੂੰ ਅੰਦਰ ਡੱਕੋ। ਆਹ ਜਿਹੜਾ ਤੁਹਾਡਾ ਤਰੀਕਾ ਬਣਾਇਆ ਹੋਇਆ ਵੀ 7000 ਬੰਦਿਆਂ 'ਤੇ ਅਸੀਂ ਪਰਚੇ ਦਰਜ ਕਰਕੇ ਜ਼ਿਲ੍ਹਿਆਂ 'ਚ ਬੰਦ ਕਰਤੇ, ਇੰਨੀ ਅਸੀਂ ਰਿਕਵਰੀ ਕਰ ਲਈ, ਇੰਨੀਆਂ ਅਸੀਂ ਜਾਇਦਾਦਾਂ ਜ਼ਬਤ ਕਰਤੀਆਂ, ਇਹ ਕਾਗਜ਼ੀ ਡਰਾਮਾ ਨਾ ਕਰੋ, ਇਹਨੂੰ ਪੱਕੇ ਤੌਰ 'ਤੇ ਹੱਲ ਕਰੋ। ਇਹ 'ਤੇ ਕੋਈ ਪੈਸਾ ਨਹੀਂ ਲੱਗਦਾ, ਕੋਈ ਇਕੋਨਮੀ ਨਹੀਂ ਲੱਗਦੀ, ਇਹ ਸਿਰਫ ਸਰਕਾਰ ਨੇ ਅਤੇ ਪ੍ਰਸ਼ਾਸਨ ਨੇ ਦਬਾਅ ਪਾ ਕੇ ਬੰਦ ਕਰਨਾ, ਲੋਕ ਤੁਹਾਡਾ ਸਹਿਯੋਗ ਦੇਣਗੇ, ਇਹ ਕੰਮ ਕਰ ਦਿਓ। ਇਹ 'ਤੇ ਅਸੀਂ ਇੰਨੀ ਗੱਲ ਕਹਿ ਕੇ